ਹੈਲੋ एवरीवन ਇਸ ਵੀਡੀਓ ਵਿੱਚ ਆਪਾਂ ਕਰਾਂਗੇ ਲੇਖ ਮੋਰ ਇਹ ਲੇਖ ਦੇ ਉੱਤੇ ਅਸਾਂ 10 ਲਾਈਨਾਂ ਤੇ ਪੈਰਾਗ੍ਰਾਫ ਦੋਵੇਂ ਹੀ ਕਰਾਂਗੇ ਮੋਰ ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ ਇਹ ਪੰਛੀ ਪੂਰੇ ਭਾਰਤ ਵਿੱਚ ਪਾਇਆ ਜਾਂਦਾ ਹੈ ਇਸ ਦੇ ਖੰਭ ਹਰੇ ਅਤੇ ਨੀਲੇ ਰੰਗ ਦੇ ਹੁੰਦੇ ਹਨ ਮੀਂਹ ਦੇ ਮੌਸਮ ਵਿੱਚ ਮੋਰ ਆਪਣੇ ਕੰਬਨ ਨੂੰ ਫੈਲਾ ਕੇ ਨੱਚਦਾ ਹੈ ਉਸ ਪੰਛੀ ਦੀ ਲੰਬਾਈ ਲਗਭਗ 1 ਮੀਟਰ ਤੱਕ ਹੁੰਦੀ ਹੈ ਇਸ ਦੇ ਸਿਰ ਤੇ ਕਲਗੀ ਲੱਗੀ ਹੁੰਦੀ ਹੈ ਜਿਸ ਨਾਲ ਇਹ ਬੜਾ ਹੀ ਸੁੰਦਰ ਦਿਖਾਈ ਦਿੰਦਾ ਹੈ ਮੋਰ ਨੂੰ ਚੁੰਡ ਵਿੱਚ ਰਹਿਣਾ ਪਸੰਦ ਹੁੰਦਾ ਹੈ ਪਰੰਤੂ ਇੱਕ ਚੁੰਡ ਵਿੱਚ ਤਿੰਨ ਜਾਂ ਚਾਰ ਮੋਰ ਹੀ ਰਹਿ ਸਕਦੇ ਸੰ ਮੋਰ ਮੋਰਨੀ ਨੂੰ ਖਿੜਸ਼ਤ ਕਰਨ ਲਈ ਨਾਚ ਕਰਦਾ ਹੈ ਮੋਰ ਦਾ ਵਾਜਨ ਕੀੜੇ ਮਕੋੜੇ ਹੁੰਦੇ ਹਨ ਇਸ ਲਈ ਇਸ ਨੂੰ ਕਿਸਾਨਾਂ ਦਾ ਚੰਗਾ ਦੋਸਤ ਵੀ ਸਮਝਿਆ ਜਾਂਦਾ ਹੈ ਜੋ ਕਿ ਫਸਲਾਂ ਤੇ ਪੰਪਨ ਵਾਲੇ ਕੀੜਿਆਂ ਨੂੰ ਖਾ ਜਾਂਦਾ ਹੈ ਮੋਰ ਦਾ ਜੀਵਨ ਕਾਲ 10 ਤੋਂ 25 ਸਾਲਾਂ ਦਾ ਹੁੰਦਾ ਹੈ ਹੁਣ ਆਪਾਂ ਕਰਾਂਗੇ ਪੈਰਾਗ੍ਰਾਫ ਮੋਰ ਮੋਰ ਸਾਡੇ ਦੇਸ਼ ਭਾਰਤ ਦਾ ਰਾਸ਼ਟਰੀ ਪੰਛੀ ਹੈ ਇਹ ਇੱਕ ਬਹੁਤ ਹੀ ਖੂਬਸੂਰਤ ਪੰਛੀ ਹੈ ਇਸ ਨੂੰ ਸਾਰੇ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ ਇਸ ਦੇ ਰੰਗ-बिरंगे ਲੰਬੇ-ਲੰਬੇ ਖੰਭ ਬੜੇ ਚਮਕੀਲੇ ਹੁੰਦੇ ਹਨ ਮੋਰ ਦੇ ਦੋ ਪੈਰ ਦੋ ਛੋਟੀਆਂ-ਛੋਟੀਆਂ ਅੱਖਾਂ ਅਤੇ ਇੱਕ ਚੁੰਝ ਹੁੰਦੀ ਹੈ ਇਸ ਦੀ ਗਰਦਨ ਬੜੀ ਲੰਬੀ ਹੁੰਦੀ ਹੈ ਇਸ ਦੇ ਸਿਰ ਦੇ ਇੱਕ ਕਲਗੀ ਹੁੰਦੀ ਹੈ ਜੋ ਇਸ ਨੂੰ ਖੂਬਸੂਰਤੀ ਪ੍ਰਦਾਨ ਕਰਦੀ ਹੈ ਮੋਰ ਕਾਡੇ ਕੀੜੇ ਮਕੌੜੇ ਫਲ ਆਦਿ ਖਾਂਦਾ ਹੈ ਇਹ ਸੱਪ ਦਾ ਦੁਸ਼ਮਣ ਹੈ ਇਹ ਸੱਪ ਨੂੰ ਮਾਰ ਦਿੰਦਾ ਹੈ ਮੀ ਉਸ ਦਾ ਮਨਪਸੰਦ ਮੌਸਮ ਹੈ ਜਦੋਂ ਕਾਲਿਆ ਕਾਲੀਆਂ ਘਟਾਵਾਂ ਆਉਂਦੀਆਂ ਹਨ ਤਾਂ ਮੋਰ ਖੁਸ਼ੀ ਵਿੱਚ ਨੱਚ ਉੱਠਦਾ ਹੈ ਉਹ ਖੁਸ਼ੀ ਵਿੱਚ ਪੈਲਾ ਪਾਉਂਦਾ ਹੈ ਪੈਲ ਪਾਉਂਦਾ ਮੋਰ ਸਭ ਨੂੰ ਪਿਆਰਾ ਲੱਗਦਾ ਹੈ ਇਸ ਦੀ ਕੋ ਕੋ ਦੀ ਆਵਾਜ਼ ਮਨ ਨੂੰ 모ਹ ਲੈਂਦੀ ਹੈ ਮੋਰ ਸੁਭਾਵ ਨਾਲ ਸਾਹਸੀ ਅਤੇ ਆਨੰਦ ਪਿਆਰ ਕਰਨ ਵਾਲਾ ਹੈ ਲੋਕ ਮੋਰ ਦੇ ਖੰਬਕਰਾ ਵਿੱਚ ਸਜਾ ਕੇ ਰੱਖਦੇ ਹਨ ਇਸ ਦੇ ਖੰਭਾ ਦੇ ਚੋਰ ਬਣਾਏ ਜਾਂਦੇ ਹਨ ਤੇ ਮੰਦਰਾ ਗੁਰਦੁਆਰਾਂ ਗੁਰਦੁਆਰਾਂ ਵਿੱਚ ਛਲਾਉਣ ਦੇ ਕੰਮ ਆਉਂਦੇ ਹਨ ਮੋਰ ਜੰਗਲਾ ਅਤੇ ਬਾਗਾ ਵਿੱਚ ਦਰਖਤਾ ਤੇ ਰਹਿੰਦੇ ਹਨ ਸਰਕਾਰ ਵੱਲੋਂ ਇਹਨਾਂ ਨੂੰ ਮਾਰਨ ਤੇ ਸਖਤ ਮਨਾਹੀ ਹੈ ਮੋਰ ਨੂੰ ਮਾਰਨ ਤੇ ਸਜ਼ਾ ਵੀ ਦਿੱਤੀ ਜਾਂਦੀ ਹੈ ਸਾਨੂੰ ਇਹ ਇਹਨਾਂ ਪੰਛੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਕੁਦਰਤ ਰਾਨੀ ਦਾ ਬਹੁਮੁੱਲੇ ਸਰਮਾਇਆ ਹਨ थैंक यू वेरी मच एवरीवन प्लीज लाइक शेयर एंड सब्सक्राइब दिस ਵੀਡੀਓ ਬਾਏ ਬਾਏ हैव अ ਨਾਈਸ ਡੇ